ਸੋ ਸਾਨੂੰ ਬਹੁਤ ਸਾਰੇ ਮੈਸੇਜ ਆ ਰਹੇ ਸੀਗੇ ਇੰਸਟਾਗ੍ਰam ਟਿਕਟੌਕ ਦੇ ਉੱਤੇ ਕਿਉਂਕਿ ਇਮੀਗ੍ਰੇਸ਼ਨ ਨੇ ਇੱਕ ਨਵੀਂ ਅਪਡੇਟ ਕੀਤੀ ਸੀਗੀ OINP ਤੇ Ontario Immigrant Nominee Program ਸਾਰੇ ਪੁੱਛ ਰਹੇ ਸੀਗੇ ਉਹਦੀਆਂ ਕੀ ਕੀ ਰਿਕੁਆਇਰਮੈਂਟਸ ਸਾਨੂੰ ਦੱਸੋ ਸੋ ਅਸੀਂ ਸੋਚਿਆ ਕਿ ਆਪਾਂ ਇੱਕ ਵੀਡੀਓ ਪਾ ਦਿੰਨੇ ਆ ਸੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀਆਂ ਰਿਕੁਆਇਰਮੈਂਟਸ ਵੀ ਦੱਸਾਂਗੇ ਕਿਵੇਂ-ਕਿਵੇਂ ਤੁਸੀਂ ਆਪਣੇ ਪੁਆਇੰਟ ਕੈਲਕੂਲੇਟ ਕਰਨੇ ਆਪਾਂ ਉਹਦੇ ਬਾਰੇ ਵੀ ਦੱਸਾਂਗੇ ਸੋ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ OINP ਦੇ ਵਿੱਚ ਅਪਡੇਟ ਕੀਤਾ ਉਹਨਾਂ ਨੇ ਇਹ ਕੀਤਾ ਕਿ ਪਹਿਲਾਂ ਦੇ ਟਾਈਮ ਦੇ ਵਿੱਚ ਕੀ ਸੀਗਾ 1 ਜਨਵਰੀ 2024 ਤੋਂ ਪਹਿਲਾਂ ਜਦੋਂ ਤੁਹਾਡੇ ਕੋਲੇ ਇੰਡੀਆ ਤੋਂ ਬੈਚਲਰ ਕੀਤੀ ਹੋਵੇ ਉਸ ਤੋਂ ਬਾਅਦ ਤੁਸੀਂ 1 ਸਾਲ ਦਾ ਇੱਥੇ ਪ੍ਰੋਗਰਾਮ ਕੀਤਾ ਹੋਵੇ ਫਿਰ ਤੁਸੀਂ ਇਸ ਪ੍ਰੋਗਰਾਮ ਦੇ ਅੰਡਰ ਆਪਣੀ ਫਾਈਲ ਲਾ ਸਕਦੇ ਸੀ ਜਾਂ ਤੁਸੀਂ 2 ਸਾਲ ਦਾ ਇੱਥੇ ਪ੍ਰੋਗਰਾਮ ਕੀਤਾ ਹੋਵੇ ਪਰ ਉਹਦੇ ਵਿੱਚ ਤੁਹਾਨੂੰ EMPLOYER ਸਪੋਰਟ ਦੀ ਲੋੜ ਪੈਂਦੀ ਸੀ ਬਟ EMPLOYER ਸਪੋਰਟ ਦੀ ਲੋੜ ਤੁਹਾਨੂੰ ਅੱਜ ਵੀ ਪੈਂਦੀ ਹੈਗੀ ਹੁਣ ਇਹਨਾਂ ਨੇ ਅਪਡੇਟ ਕੀਤਾ ਹੈਗਾ ਵੀ ਜੇਕਰ ਤੁਸੀਂ ਕੋਈ ਵੀ ਇੱਥੇ 1 ਸਾਲ ਦਾ ਪ੍ਰੋਗਰਾਮ ਚਾਹੇ 2 ਸਾਲ ਦਾ ਪ੍ਰੋਗਰਾਮ ਕੀਤਾ ਤੇ ਤੁਸੀਂ ਬਿਨਾ ਐਕਸਪੀਰੀਅੰਸ ਤੋਂ EMPLOYER ਦੀ ਸਪੋਰਟ ਦੇ ਨਾਲ ਆਪਣੀ PNP ਲਾ ਸਕਦੇ ਹੋਗੇ ਪਰ ਸਾਰੇ এমਪਲয়ਰ ਇਹਦੇ ਵਿੱਚ ਨਹੀਂ ਆਉਂਦੇਗੇ ਸੋ এমਪਲয়ਰ ਦੀ ਕੁਝ ਰਿਕੁਆਇਰਮੈਂਟ ਰੱਖੀ ਗਈ ਆ ਸੋ ਕਿਹੜੇ ਕਿਹੜੇ এমਪਲয়ਰ ਆਗੇ ਜਿਹੜੇ ਤੁਹਾਨੂੰ ਜੌਬ ਆਫਰ ਦੇ ਸਕਦੇ ਆ ਸਭ ਤੋਂ ਪਹਿਲਾਂ ਮੈਂ এমਪਲয়ਰ ਦੀ ਜਿਹੜੀ ਰਿਕੁਆਇਰਮੈਂਟ ਆ ਤੁਹਾਨੂੰ ਉਹ ਦੱਸਦਾ ਜਿਹੜਾ এমਪਲয়ਰ ਆ ਉਹ অন্ਟਾਰੀਓ ਦਾ ਹੀ ਹੋਣਾ ਚਾਹੀਦਾ ਉਹਦਾ ਬਿਜ਼ਨਸ অন্ਟਾਰੀਓ ਦੇ ਵਿੱਚ ਹੋਣਾ ਚਾਹੀਦਾ 3 ਸਾਲ ਤੋਂ ਪੁਰਾਣਾ ਉਹਦਾ ਬਿਜ਼ਨਸ ਹੋਣਾ ਚਾਹੀਦਾ ਜੇ ਆਪਾਂ ਗੱਲ ਕਰੀਏ ਟਰਨਓਵਰ ਦੀ ਉਹਦੀ 1 ਮਿਲੀਅਨ ਡਾਲਰ ਦੀ ਟਰਨਓਵਰ ਹੋਣੀ ਚਾਹੀਦੀ ਆ 1 ਸਾਲ ਦੀ ਜੇਕਰ ਉਹ ਜੀਟੀਏ ਦੇ ਵਿੱਚ ਆ ਜੇ ਆਊਟ ਆਫ ਜੀਟੀਏ ਆ ਜਿਵੇਂ ਹਨਾ ਆਪਣੇ ਲਾਲੋ ਸਾਡਬਰੀ ਜਾਂ ਕੋਈ ਥੰਡਰਬੇ ਜਾਂ ਆਊਟ ਆਫ ਗੱਲ ਕਰਦੇ ਜੀਟੀਏ ਦੀ ਤਾਂ ਫੇਰ ਉਹਦੀ ਜਿਹੜੀ ਟਰਨਓਵਰ ਆਗੀ ਉਹ 5 ਲੱਖ ਡਾਲਰ ਦੀ ਹੋਣੀ ਚਾਹੀਦੀ 1 ਸਾਲ ਦੀ ਉਸ ਤੋਂ ਬਾਅਦ ਉਸ EMPLOYEES ਦੇ ਕੋਲੇ 5 ਬੰਦੇ ਆਪਣੇ ਪੇ ਰੋਲ ਤੇ ਕੰਮ ਕਰਦੇ ਹੋਣੇ ਚਾਹੀਦੇ ਆ ਤੇ ਉਹ ਬੰਦੇ ਪੀਆਰ ਜਾਂ ਸਿਟੀਜ਼ਨ ਹੋਣੇ ਚਾਹੀਦੇ ਆ ਜੇਕਰ ਤੁਹਾਡਾ EMPLOER GTA ਦੇ ਵਿੱਚ ਆ ਜੇ ਆਊਟ ਆਫ GTA ਆ ਫਿਰ ਉਹਦੇ ਕੋਲੇ ਤਿੰਨ ਬੰਦੇ ਆਪਣੇ ਕੰਮ ਕਰਦੇ ਹੋਣੇ ਚਾਹੀਦੇ ਆਗੇ ਸੋ ਜੇਕਰ ਆ ਸਾਰੀ ਰਿਕੁਆਇਰਮੈਂਟ ਤੁਹਾਡਾ EMPLOER ਪੂਰੀ ਕਰਦਾ ਤਾਂ ਉਹ ਤੁਹਾਨੂੰ ਜੌਬ ਆਫਰ ਦੇ ਸਕਦਾਗਾ ਉਹਦੇ ਲਈ ਉਹਨੇ ਇੱਕ ਫਾਰਮ ਫਿਲ ਕਰਨਾ ਜਿਹਦੇ ਵਿੱਚ ਕਿ EMPLOER ਵੱਲੋਂ ਇੱਕ ਜੌਬ ਆਫਰ ਬਣਾਇਆ ਜਾਊਗਾ ਹਨਾ ਮਤਲਬ ਕਿ ਉਹ ਦੱਸਿਆ ਜਾਊ ਸਾਰਾ ਕੁਝ ਉਹਦੇ ਵਿੱਚ ਕਿ ਹਾਂਜੀ ਮੈਨੂੰ ਆ ਬੰਦੇ ਨੂੰ ਮੈਂ ਜੌਬ ਦੇ ਰਿਆਂਗਾ ਆ ਮੇਰੇ ਕੋਲੇ ਵੈਕੈਂਸੀ ਹੈਗੀ ਆ ਫਿਰ ਉਹ ਜੋਬ ਆਫਰ ਮੰਨਿਆ ਜਾਊਗਾ ਫਿਰ ਉੱਥੇ ਜਾ ਕੇ ਤੁਸੀਂ ਕਹਿ ਸਕਦੇ ਹੋ ਕਿ ਹਾਂਜੀ ਸਾਡੇ ਕੋਲੇ ਜੋਬ ਆਫਰ ਸਾਡੇ ਇੱਕ এমਪਲੋਇਰ ਤੋਂ ਹੈਗਾ ਜਿਹੜਾ ਸਾਰੀਆਂ ਰਿਕੁਆਇਰਮੈਂਟਸ ਮੀਟ ਕਰਦਾਗਾ ਸੋ ਉਹ ਜੋਬ ਆਫਰ ਜੇਕਰ ਤੁਹਾਡੇ ਕੋਲੇ ਹੈਗਾ ਹਨਾ ਡੂਰਿੰਗ ਦਾ ਸਟੱਡੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿਸੇ এমਪਲੋਇਰ ਤੋਂ ਆਪਾਂ ਨੂੰ ਜੋਬ ਆਫਰ ਮਿਲ ਜਾਊਗਾ ਫਿਰ ਤਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਟਰਾਈ ਕਰ ਸਕਦੇ ਆਂ ਪਰ ਜੇਕਰ ਤੁਹਾਡੇ ਕੋਲ ਕੋਈ ਜੌਬ ਆਫਰ ਨਹੀਂ ਹੈਗਾ ਫਿਰ ਤੁਸੀਂ ਇਸ ਪ੍ਰੋਗਰਾਮ ਦੇ ਲਈ ਐਲੀਜੀਬਲ ਨਹੀਂ ਹੋਗੇ। ਸੈਕਿੰਡ ਚੀਜ਼ ਇਹਦੇ ਵਿੱਚ ਕੋਈ ਐਕਸਪੀਰੀਅੰਸ ਨਹੀਂ ਚਾਹੀਦਾ। ਅੱਜ ਤੁਸੀਂ ਪੜ੍ਹਾਈ ਕੀਤੀ ਪੂਰੀ ਕੱਲ ਨੂੰ ਤੁਹਾਨੂੰ ਕਿਤੋਂ ਵੀ ਜੌਬ ਆਫਰ ਮਿਲ ਗਿਆ ਤੁਹਾਡੀ ਪੀਐਨਪੀ ਨਾਲ ਦੀ ਨਾਲ ਲੱਗ ਜਾਂਦੀ ਆ। ਪਰ ਇਹਦਾ ਪ੍ਰੋਸੈਸ ਲੰਮਾ ਹੈਗਾਗਾ ਹਨਾ ਇਹ ਨਹੀਂ ਹੈਗਾ ਜਿਵੇਂ ਪੀਐਨਪੀ ਤੁਸੀਂ ਲਾਤੀ ਅੱਜ ਹੀ ਤੁਹਾਡੀ ਪੀਐਨਪੀ ਅੱਗੇ ਹੋਗੀ ਨਹੀਂ 5-6 ਮਹੀਨੇ ਪੀਐਨਪੀ ਤੇ ਲੱਗਣਗੇ ਉਸ ਤੋਂ ਬਾਅਦ ਅੱਗੇ ਜਾ ਕੇ ਫੈਡਰਲ ਦੇ ਵਿੱਚ ਤੁਹਾਡੀ ਪੀਆਰ ਲੱਗੂਗੀ ਫੈਡਰਲ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆਗਾ 12 ਤੋਂ 14 18 ਮਹੀਨੇ ਲੱਗ ਸਕਦਾ ਹੈਗਾ ਸੋ ਇਸ ਕਰਕੇ ਲੰਮਾ ਪ੍ਰੋਸੈਸ ਹੈਗਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਪੁਆਇੰਟਸ ਦੀ ਸੋ ਇਹ ਨਹੀਂ ਹੈਗਾ ਵੀ ਜੇ ਆਪਾਂ ਨੂੰ ਜੌਬ ਆਫਰ ਮਿਲ ਗਿਆ ਤਾਂ ਆਪਣੀ ਪੀਐਨਪੀ ਲੱਗ ਜਾਣੀ ਆ ਤੁਹਾਡੇ ਪੁਆਇੰਟ ਵੀ ਪੂਰੇ ਹੋਣੇ ਚਾਹੀਦੇ ਆ ਪੁਆਇੰਟ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਉਹਨਾਂ ਨੇ ਰੱਖੇ ਗਿਆ ਉਹ ਸਾਰਾ ਕੁਝ ਤੁਹਾਨੂੰ ਪਵਨ ਡਿਸਕਸ ਕਰਕੇ ਦੱਸਦੀ ਆ ਸੋ ਪਹਿਲਾਂ ਆਪਾਂ ਗੱਲ ਕਰਦੇ ਆ ਟਾਇਰ ਕੈਟਾਗਰੀ ਦੀ ਸੋ ਜੇ ਤੁਹਾਡੇ ਕੋਲੇ ਟਾਇਰ 0 ਆ ਜਾਂ 1 ਦੀ ਜੌਬ ਹੈਗੀ ਆ ਥੈਂ ਤੁਹਾਨੂੰ 10 ਪੁਆਇੰਟ ਮਿਲਣਗੇ ਜੇ ਤੁਹਾਡੇ ਕੋਲੇ ਟਾਇਰ 2 ਜਾਂ 3 ਦੀ ਜੌਬ ਆ ਫਿਰ ਤੁਹਾਨੂੰ 8 ਪੁਆਇੰਟ ਮਿਲਣਗੇ ਜੇ ਤੁਹਾਡੇ ਕੋਲ ਟਾਇਰ 4 ਜਾਂ 5 ਦੀ ਜੌਬ ਹੈਗੀ ਆ ਤਾਂ ਤੁਹਾਨੂੰ 0 ਪੁਆਇੰਟ ਮਿਲਣਗੇ ਸੋ ਤੁਸੀਂ ਸੋ ਤੁਸੀਂ ਆਪਰਾ ਟਿਅਰ ਜਿਹੜਾ ਉਹ ਚੈੱਕ ਕਰ ਸਕਦੇ ਹੋ ਤੇ ਇਸ ਹਿਸਾਬ ਦੇ ਨਾਲ ਤੁਸੀਂ ਆਪਣੇ ਪੁਆਇੰਟਸ ਜਿਹੜੇ ਉਹ ਕੈਲਕੂਲੇਟ ਕਰ ਸਕਦੇ ਹੋ ਨੈਕਸਟ ਉਹਨਾਂ ਨੇ ਵੇਜ ਦੇ ਪੁਆਇੰਟ ਵੀ ਰੱਖੇ ਹੈ ਕਿ ਤੁਹਾਨੂੰ ਆਵਲਿ ਕਿੰਨੇ ਜਿਹੜਾ ਡਾਲਰ ਆ ਉਹ ਮਿਲਦੇ ਆ ਉਸ ਹਿਸਾਬ ਦੇ ਨਾਲ ਉਹਦੇ ਪੁਆਇੰਟ ਆ ਸੋ ਜੇ ਤਾਂ ਤੁਹਾਨੂੰ 40 ਡਾਲਰ ਜਿਹੜੇ ਆ ਘੰਟੇ ਦੇ ਮਿਲਦੇ ਆ ਤੇ ਤੁਹਾਨੂੰ 10 ਪੁਆਇੰਟ ਮਿਲਣਗੇ ਸੋ ਜੇ ਤੁਹਾਨੂੰ 35 ਤੋਂ ਲੈ ਕੇ 39 ਤੱਕ ਮਤਲਬ 35 ਜਾਂ 39 ਦੇ ਵਿੱਚ ਵਿੱਚ ਤੁਹਾਡੀ ਸੈਲਰੀ ਹੈਗੀ ਆ ਤਾਂ ਤੁਹਾਨੂੰ 8 ਪੁਆਇੰਟ ਮਿਲਣਗੇ ਜੇ ਤੁਹਾਡੀ ਸੈਲਰੀ 23 ਜਾਂ 34 ਦੇ ਵਿੱਚ ਹੈਗੀ ਆ ਤਾਂ ਤੁਹਾਨੂੰ 7 ਪੁਆਇੰਟ ਜਿਹੜੇ ਆ ਮਿਲਣਗੇ ਜੇ 25 ਤੋਂ 29 ਡਾਲਰ ਤੁਹਾਨੂੰ ਮਿਲਦੇ ਆ ਇਹਦੇ ਵਿੱਚ ਵਿੱਚ ਤਾਂ 6 ਪੁਆਇੰਟ ਆ ਸੋ ਜੇ ਡਾਲਰ B ਤੋਂ 24 ਦੇ ਵਿੱਚ ਤੁਹਾਡੀ ਸੈਲਰੀ ਆ ਤਾਂ 5 ਪੁਆਇੰਟ ਆ ਮੈਨੂੰ ਲੱਗਦਾ ਮੈਨੂੰ ਲੱਗਦਾ ਜੇ ਤਾਂ ਆਪਣੇ ਕੋਲ ਐਕਸਪੀਰੀਅੰਸ ਹੈਗਾ ਫਿਰ ਤਾਂ ਆਪਾਂ ਨੂੰ 20 ਤੋਂ 24 ਡਾਲਰ ਘੰਟੇ ਦੇ ਮਿਲ ਸਕਦੇ ਆ ਤੁਸੀਂ 5 ਪੁਆਇੰਟ ਕਲੇਮ ਕਰ ਸਕਦੇ ਹੋ ਪਰ ਜੇਕਰ ਆਪਣੀ ਸੈਲਰੀ 20 ਤੋਂ ਘੱਟ ਰਹਿੰਦੀ ਹੈ ਫਿਰ ਤੁਹਾਨੂੰ ਕੋਈ ਪੁਆਇੰਟ ਨਹੀਂ ਮਿਲਣਗੇ ਸੋ ਨੈਕਸਟ ਆਪਾਂ ਗੱਲ ਕਰਦੀ ਹੈ ਜੇ ਤੁਹਾਡਾ ਤੁਹਾਡੇ ਕੋਲੇ ਵੈਲਿਡ ਸਟੱਡੀ ਪਰਮਿਟ ਆ ਵਰਕ ਪਰਮਿਟ ਆ ਫੇਰ ਵੀ ਤੁਹਾਨੂੰ 10 ਪੁਆਇੰਟ ਜਿਹੜੇ ਆ ਮਿਲਣਗੇ ਜੇ ਤੁਹਾਡੇ ਕੋਲੇ ਦੋਨਾਂ ਚੋਂ ਕੁਝ ਵੀ ਨਹੀਂ ਹੈਗਾ ਦੈਨ ਤੁਹਾਨੂੰ 0 ਪੁਆਇੰਟ ਮਿਲਣਗੇ ਮਤਲਬ ਕਿ ਇਹ 10 ਪੁਆਇੰਟ ਤੁਹਾਡੇ ਪੱਕੇ ਹੈਗੇ ਕਿਉਂਕਿ ਹਰੇ ਕੋਲੇ ਸਟੱ ਅ ਅੱਗੇ ਆਪਾਂ ਗੱਲ ਕਰਦੇ ਆ ਜੌਬ ਆਫਰ ਦੀ। ਉਹਨਾਂ ਨੇ ਅੱਗੇ ਪੁਆਇੰਟ A ਵੀ ਰੱਖੇ ਹੋਏ ਆ ਵੀ ਜੇ ਤੁਹਾਨੂੰ ਉੱਥੇ ਕੰਮ ਕਰਦਿਆਂ ਨੂੰ 6 ਮਹੀਨੇ ਹੋ ਗਏ। ਕਈ ਵਾਰੀ ਕੀ ਹੁੰਦਾ ਕਿ ਆਪਾਂ ਵਰਕ ਪਰਮਿਟ ਤੇ ਆ ਕੇ ਜੌਬ ਸਟਾਰਟ ਕਰ ਲੈਨੇ ਆ ਨਾ। ਜੇ ਦਾ ਤੁਹਾਨੂੰ ਉੱਥੇ 6 ਮਹੀਨੇ ਕੰਮ ਕਰਦਿਆਂ ਨੂੰ ਹੋ ਗਏ ਆ ਉੱਥੇ ਤਾਂ ਵੀ ਤੁਹਾਨੂੰ ਪੁਆਇੰਟ ਮਿਲ ਸਕਦੇ ਆ। ਉਹਦੇ ਤੁਹਾਨੂੰ 3 ਪੁਆਇੰਟ ਮਿਲ ਸਕਦੇ ਆ। ਪਰ ਜੇਕਰ ਤੁਸੀਂ ਸਟੱਡੀ ਤੋਂ ਬਾਅਦ ਹੀ ਆਪਣਾ ਜੌਬ ਆਫਰ ਲੈ ਰਹੇ ਹੋ ਕੋਈ ਐਕਸਪੀਰੀਅੰਸ ਉਸ ਐਮਪਲੋਇਰ ਤੋਂ ਨਹੀਂ ਲਿਆ ਹੋਇਆ ਤਾਂ ਤੁਹਾਨੂੰ 0 ਪੁਆਇੰਟ ਮਿਲਣਗੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵੀ ਜੇਕਰ ਕਈ ਵਾਰੀ ਇਦਾਂ ਹੁੰਦਾ ਹਨਾ ਕਿ ਆਪਣੇ ਆਪਾਂ ਫੁੱਲ ਟਾਈਮ ਕੰਮ ਕੀਤਾ ਹੁੰਦਾ ਤੇ ਆਪਾਂ ਟੈਕਸ ਫਾਈਲ ਕੀਤਾ ਜਿਵੇਂ ਅੱਜਕੱਲ ਬੱਚਿਆਂ ਨੇ ਫੁੱਲ ਟਾਈਮ ਕੰਮ ਕੀਤਾ ਸੋ ਜੇਕਰ ਤੁਹਾਡੀ ਸਾਲ ਦੀ ਗ੍ਰੋਸ ਇਨਕਮ 40000 ਡਾਲਰ ਤੋਂ ਵੱਧ ਵੱਧ ਬਣੀ ਹੋਈ ਆ ਤੁਹਾਨੂੰ ਉਹਦੇ ਪੁਆਇੰਟ ਵੀ ਮਿਲਣਗੇ ਤਿੰਨ ਪੁਆਇੰਟ ਜੇਕਰ ਨਹੀਂ ਕੋਈ ਵੀ ਹੈਗਾ ਫਿਰ 0 ਪੁਆਇੰਟ ਆ ਇਹ ਥੋੜਾ ਜਿਆ ਰੇਅਰ ਆ ਬਹੁਤ ਘੱਟ ਹੋ ਸਕਦਾ ਹਨਾ ਉਸ ਤੋਂ ਬਾਅਦ ਉਹਨਾਂ ਨੇ ਐਜੂਕੇਸ਼ਨ ਦੇ ਪੁਆਇੰਟ ਵੀ ਰੱਖੇ ਹੋਏ ਆ ਇਹ ਨਹੀਂ ਹੈਗਾ ਕਿ ਵੀ ਹਨਾ ਵੀ ਪਲੱਸ 2 ਵਾਲੇ ਦੇਤੇ ਜਿਹਨੇ ਬੱਚੇ ਨੇ ਕੋਈ ਮਾਸਟਰ ਕੀਤੀ ਉਹਨਾਂ ਦੇ ਸੇਮ ਪੁਆਇੰਟ ਨਹੀਂ ਉਹਨਾਂ ਨੂੰ ਵੀ ਅਲੱਗ-ਅਲੱਗ ਪੁਆਇੰਟਸ ਨੇ ਹਮ ਸੋ ਜੇ ਤੁਸੀਂ ਪੀ ਐਚ ਡੀ ਕੀਤੀ ਹੋਈ ਆ ਤਾਂ 0 ਪੁਆਇੰਟ ਆ ਮਾਸਟਰ ਡਿਗਰੀ ਆ ਤੁਹਾਡੇ ਕੋਲੇ ਤੁਹਾਨੂੰ 8 ਪੁਆਇੰਟ ਮਿਲਣਗੇ ਬੈਚਲਰਸ ਆ ਤੁਹਾਨੂੰ ਜਿਹੜੇ ਆ ਉਹ 6 ਪੁਆਇੰਟ ਮਿਲਣਗੇ ਹਮ ਜੇ ਅੰਡਰ ਗ੍ਰੈਜੂਏਸ਼ਨ ਡਿਪਲੋਮਾ ਆ ਗਿਆ ਹਨਾ ਤਾਂ ਉਹਨਾਂ ਨੂੰ 5 ਪੁਆਇੰਟ ਮਿਲਣਗੇ ਤੇ ਬਾਕੀ ਜੇਕਰ ਕੋਈ ਟ੍ਰੇਡ ਦਾ ਸਰਟੀਫਿਕੇਟ ਹੈਗਾ ਤਾਂ ਵੀ 5 ਪੁਆਇੰਟ ਮਿਲਣਗੇ। ਸੋ ਮਿਨੀਮਮ 5 ਪੁਆਇੰਟ ਤਾਂ ਤੁਹਾਡੇ ਇਹਦੇ ਵਿੱਚੋਂ ਵੀ ਪੱਕੇ ਹੈਗੇ ਹਨ। ਹਾਂ। ਦੈਨ ਉਹਨਾਂ ਨੇ ਸਟੱਡੀ ਦੇ ਪੁਆਇੰਟਸ ਵੀ ਰੱਖੇ ਕਿ ਤੁਸੀਂ ਕਾਰੀਕਾ ਦੀ ਸਟੱਡੀ ਕੀਤੀ ਹੈ। ਸੋ ਉਹਦੇ ਹਿਸਾਬ ਨਾਲ ਵੀ ਤੁਹਾਨੂੰ ਪੁਆਇੰਟ ਮਿਲਣਗੇ। ਹੁਣ ਜੇ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਹੈਲਥ ਡਿਪਾਰਟਮੈਂਟ ਦੇ ਵਿੱਚੋਂ, ਕੰਪਿਊਟਰ ਸਾਇੰਸ ਕੀਤੀ ਹੋਈ ਆ ਤਾਂ ਫੇਰ ਤੁਹਾਨੂੰ 12 ਪੁਆਇੰਟ ਮਿਲਣਗੇ। ਜੇ ਤੁਸੀਂ ਬਿਜ਼ਨਸ, ਐਡਮਿਨ ਜਾਂ ਕੋਈ ਸੋਸ਼ਲ ਵਰਕਰ ਦਾ ਕੋਰਸ ਕੀਤਾ ਹੋਇਆ ਤੁਹਾਨੂੰ 6 ਪੁਆਇੰਟ ਮਿਲਣਗੇ। ਤੁਹਾਡੇ ਕੋਲ ਕੈਨੇਡਾ ਦੀ ਐਜ ਕੈਨੇਡਾ ਦੇ ਵਿੱਚ ਸਟੱਡੀ ਕੀਤੀ ਹੈ ਤਾਂ ਤੁਹਾਨੂੰ 10 ਪੁਆਇੰਟ ਮਿਲਣਗੇ ਐਂਡ ਜੇ ਤੁਸੀਂ 1 ਸਾਲ ਦੀ ਪੜ੍ਹਾਈ ਕੀਤੀ ਹੋਈ ਹੈ ਕੈਨੇਡਾ ਦੇ ਵਿੱਚ ਤਾਂ ਤੁਹਾਨੂੰ 5 ਪੁਆਇੰਟ ਮਿਲਣਗੇ ਸੋ ਸਟੱਡੀ ਦੇ ਹਿਸਾਬ ਦੇ ਨਾਲ ਵੀ ਉਹਨਾਂ ਨੇ ਜਿਹੜੇ ਪੁਆਇੰਟਸ ਆ ਉਹ ਰੱਖੇ ਹੋਏ ਆ ਅੱਗੇ ਗੱਲਬਾਤ ਕਰਦੇ ਆ ਐਲਸੀ ਕਿਉਂਕਿ ਐਲਸ ਤਾਂ ਜ਼ਰੂਰੀ ਹੁੰਦੀ ਆ ਨਾ ਸੋ ਜੇ ਤੁਹਾਡੇ ਜਿਹੜੇ ਆ ਸੀਐਲਬੀ 9 ਬੈਂਡ ਆਉਂਦੇ ਆ ਥੈਨ ਤੁਹਾਡੇ 10 ਪੁਆਇੰਟ ਆ ਜੇ 8 ਹੁੰਦੇ ਆ ਥੈਨ 6 ਪੁਆਇੰਟ ਆ ਸੀਐਲਪੀ 7 ਤੇ 4 ਪੁਆਇੰਟ ਆ ਤੇ ਜੇ ਸੀਐਲਪੀ 6 ਹਾਤਾ 0 ਪੁਆਇੰਟ ਆ ਸੋ ਅੱਗੇ ਜਾ ਕੇ ਇਹਨਾਂ ਨੇ ਲੋਕੇਸ਼ਨ ਵੀ ਮੈਟਰ ਕਰਦੀ ਆਪਣੀ ਹਨਾ ਵੀ ਆਪਾਂ ਕਿਹੜੀ ਲੋਕੇਸ਼ਨ ਤੋਂ ਆਪਾਂ ਜੌਬ ਆਫਰ ਲੈ ਰਹੇ ਆ ਜੇ ਤਾਂ ਆਪਾਂ ਜੀਟੀਏ ਦੀ ਗੱਲ ਕਰੀ ਹਨਾ ਜੇ ਟ੍ਰਾਂਟੋ ਤੋਂ ਆਪਾਂ ਜੌਬ ਆਫਰ ਲੈ ਰਹੇ ਆ ਤਾਂ 0 ਪੁਆਇੰਟ ਆਗਾ ਜੇਕਰ ਉਸ ਤੋਂ ਬਾਅਦ ਗੱਲ ਕਰੀ ਆ ਆਪਾਂ ਆਊਟਸਾਈਡ ਆਫ ਜੀਟੀਏ ਹਨਾ ਜਾਂਦੇ ਆ ਤਾਂ ਆਪਾਂ ਨੂੰ 3 ਪੁਆਇੰਟ ਮਿਲਦੇ ਹੈਗੇ ਜੇਕਰ ਆਪਾਂ ਕਹਿ ਲਓ ਕਿ ਆਪਾਂ ਨਾਰਦਰਨ অন্ਟਾਰੀਓ ਤੋਂ ਲੈਨੇ ਹਨ ਆਊਟਸਾਈਡ ਜਿਵੇਂ ਕਹਿ ਲਓ ਥੰਡਰਵੇ ਆ ਗਿਆ ਸਾਡ ਬਰੀ ਆ ਗਿਆ ਹਨਾ ਹੋਰ ਮਸਕੂਕਾ ਆ ਗਿਆ ਇਦਾਂ ਦੇ ਜਿਹੜੇ ਸ਼ਹਿਰ ਹੈ ਜੇਕਰ ਆਪਾਂ ਨੂੰ ਉਥੋਂ ਜੌਬ ਆਫਰ ਮਿਲ ਰਿਹਾ ਫਿਰ ਆਪਾਂ ਨੂੰ ਮੈਕਸਿਮਮ ਪੁਆਇੰਟ ਮਿਲ ਸਕਦੇ ਹੈਗੇ 10 ਪੁਆਇੰਟ ਉਸ ਤੋਂ ਬਾਅਦ ਗੱਲ ਕਰਦੇ ਆਂ ਕਿ ਜਿਹੜੀ ਆਪਾਂ ਸਟੱਡੀ ਕੀਤੀ ਹੈ ਲੋਕੇਸ਼ਨ ਆਫ ਸਟੱਡੀ ਦੇ ਵੀ ਪੁਆਇੰਟ ਆਪਾਂ ਨੂੰ ਮਿਲਦੇ ਹੈ ਜੇਕਰ ਆਪਾਂ ਉਹੀ ਗੱਲ ਕਰੀਏ ਕਿ ਆਊਟਸਾਈਡ ਆਫ ਜੀਟੀਏ ਆਪਾਂ ਸਟੱਡੀ ਕੀਤੀ ਹੋਈ ਹੈਗੀ ਤਾਂ ਆਪਾਂ ਨੂੰ 10 ਪੁਆਇੰਟ ਮਿਲਣਗੇ ਜੇਕਰ ਆਪਾਂ ਕਹਿ ਦਈਏ ਕਿ ਆਊਟਸਾਈਡ ਆਫ ਜ ਬਟ ਨਾਟ ਇਨ ਨਾਰਦਰਨ 온ਟਾਰੀਓ ਤਾਂ ਆਪਾਂ ਨੂੰ 8 ਪੁਆਇੰਟ ਮਿਲਣਗੇ ਜੇ ਜੀਟੀਏ ਦੇ ਵਿੱਚ ਆਪਾਂ ਸਟੱਡੀ ਕੀਤੀ ਹੈ 3 ਪੁਆਇੰਟ ਬਟ ਜੇ ਟ੍ਰਾਂਟੋ ਚ ਸਟੱਡੀ ਕੀਤੀ ਹੈ ਫਿਰ 0 ਪੁਆਇੰਟ ਸੋ ਟ੍ਰਾਂਟੋ ਦੇ ਵਿੱਚ ਆਪਾਂ ਨੂੰ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ ਸੋ ਆਪਾਂ ਪੁਆਇੰਟ ਲੂਜ਼ ਕਰਾਂਗੇ ਜੇਕਰ ਆਪਾਂ ਟ੍ਰਾਂਟੋ ਦੇ ਵਿੱਚ ਹੀ ਸਟੱਡੀ ਕਰ ਰਹੇ ਹਾਂ ਤੇ ਟ੍ਰਾਂਟੋ ਤੋਂ ਹੀ ਆਪਾਂ ਜੌਬ ਆਫਰ ਲੈ ਰਹੇ ਹਾਂਗੇ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾਗਾ ਵੀ ਜਦੋਂ ਤੁਸੀਂ ਇਹ ਸਾਰੀਆਂ ਰਿਕੁਆਇਰਮੈਂਟਸ ਮੀਟ ਕਰ ਲੈਣੇ ਹੋਗੇ ਫਿਰ ਆਪਾਂ ਲੈਟਰ ਆਫ ਐਕਸਪ੍ਰੈਸ਼ਨ ਆਫ ਇੰਟਰਸਟ ਆਪਾਂ ਸਬਮਿਟ ਕਰਨਾਗਾ OINP ਨੂੰ ਫਿਰ ਉਹ ਸਾਰੀਆਂ ਚੀਜ਼ਾਂ ਵੈਰੀਫਾਈ ਕਰਨਗੇ ਫਿਰ ਪੁਆਇੰਟ ਤੇ ਜਿਹੜਾ ਡਰਾ ਵੀ ਆਉਂਦਾ ਜਿਵੇਂ ਲਾਸਟ ਡਰਾ 61 ਪੁਆਇੰਟ ਦਾ ਆਇਆ ਸੀਗਾ ਹਨਾ ਸੋ ਉਹ ਪੁਆਇੰਟ ਦੇ ਬੇਸ ਤੇ ਫਿਰ ਤੁਹਾਨੂੰ ਆਪਣਾ ਆਪਣਾ ਅਪਰੂਵਲ ਆਊਗੀ ਹਨਾ ਉਸ ਅਪਰੂਵਲ ਦੇ ਵਿੱਚ ਤੁਹਾਨੂੰ ਨੋਮੀਨੇਸ਼ਨ ਵੀ ਆਊਗਾ ਫਿਰ ਤੁਹਾਨੂੰ ਇੱਕ ਲੈਟਰ ਆਊਗਾ ਜਿਹਦੇ ਬੇਸ ਤੇ ਆਪਾਂ ਅੱਗੇ ਵਰਕ ਪਰਮਿਟ ਲੈ ਸਕਦੇ ਆਂਗੇ ਤੇ ਅੱਗੇ ਜਾ ਕੇ ਫਿਰ ਆਪਾਂ ਨੂੰ ਇਨਸਟਰਕਸ਼ਨਸ ਵੀ ਆਉਣਗੀਆਂ ਵੀ ਆਪਾਂ ਫੈਡਰਲ ਦੇ ਵਿੱਚ ਆਪਾਂ ਆਪਣੀ ਫਾਈਲ ਲਾ ਸਕਦੇ ਆਂਗੇ ਸੋ ਫਿਰ ਤੁਹਾਡੀ ਫੈਡਰਲ ਦੇ ਵਿੱਚ ਜਿਹੜੀ ਫਾਈਲ ਲੱਗ ਜਾਨੀ ਆ ਜਿਹਨੂੰ ਆਪਾਂ ਪੀਆ ਰ ਅਗੇ ਨੂੰ ਕਹਿ ਸਕਦੇ ਆ ਪ੍ਰੋਪਰ ਹਨ ਤੇ ਉਹਦਾ ਜਿਹੜਾ ਟਾਈਮ ਫਰੇਮ ਆ ਜਿਵੇਂ ਤੁਹਾਨੂੰ ਦੱਸਿਆ ਹੀ ਹੈਗਾ ਨਾ 14 ਤੋਂ 18 ਮਹੀਨੇ ਲੱਗ ਸਕਦੇ ਆਗੇ ਸੋ ਹੁਣ ਇਹਦੇ ਵਿੱਚ ਮੇਨ ਇਹੀ ਆਗਾ ਜੇ ਤਾਂ ਤੁਹਾਨੂੰ ਜੌਬ ਆਫਰ ਮਿਲ ਰਿਹਾਗਾ ਤੇ ਆ ਸਾਰੇ ਆਫਰ ਵੀ ਤਾਂ ਜੇ ਤੁਹਾਡਾ এমਪਲਾਇਰ ਜੜੀਆਂ ਸਾਰੀਆਂ ਰਿਕੁਆਇਰਮੈਂਟਸ ਮੀਟ ਕਰਦਾ ਮਤਲਬ ਬੇਸਿਕਲੀ ਇਹਦੇ ਚ ਤੁਹਾਨੂੰ ਹਰੇਕ ਰਿਕੁਆਇਰਮੈਂਟ ਦਾ ਧਿਆਨ ਰੱਖਣਾ ਪੈਣਾ ਕਿ ਐਂਡ ਤੇ ਤੁਹਾਡੇ ਕਿੰਨੇ ਪੁਆਇੰਟ ਬਣਦੇ ਆ ਕਿਉਂਕਿ ਵੀਡੀਓਸ ਤਾਂ ਬਹੁਤ ਲੋਕ ਕਰ ਪਾਈਆਂ ਸੀ ਬਹੁਤ ਸਾਰਾ ਮੈਸੇजेस ਵੀ ਆਏ ਲੋਕਾਂ ਦੇ ਕਿ ਅਸੀਂ ਰੀਸੈਂਟਲੀ ਗ੍ਰੈਜੂਏਸ਼ਨ ਕੀਤੀ ਆ ਹੁਣ ਨਾ ਮੂਵ ਹੋਈ ਐ ਇੱਥੇ ਰਹਿ ਕੇ ਪੀਆ ਲੈ ਲਈ ਤਾਂ ਅਸੀਂ ਉਹਨਾਂ ਨੂੰ ਕਹਿੰਸੀ ਵੇਟ ਕਰੋ ਅਸੀਂ ਇੱਕ ਦੋ ਦਿਨ ਦੇ ਵਿੱਚ ਵਲੌਗ ਅਪਲੋਡ ਕਰਦੇ ਕਿਉਂਕਿ ਇਨਫੋਰਮੇਸ਼ਨ ਬਹੁਤ ਜ਼ਿਆਦਾ ਸੀ ਆਪਾਂ ਇੱਕ ਮੈਸੇਜ 'ਚ ਨਹੀਂ ਦੱਸ ਸਕਦੇ ਹੁੰਦੇ ਆ ਉਮੀਦ ਕਰਦੇ ਕਿ ਵੀਡੀਓ ਦੇ ਥਰੂ ਤੁਹਾਡੇ ਸਾਰੇ ਡਾਊਟਸ ਜਿਹੜੇ ਆ ਉਹ ਕਲੀਅਰ ਹੋ ਗਏ ਹੋਣਗੇ ਬਾਕੀ ਜਿਹੜਾ ਇਹਦਾ ਲਿੰਕ ਆ ਨਾ ਜਿੱਥੇ ਸਾਰੀ ਇਨਫੋਰਮੇਸ਼ਨ ਪਈ ਹੋਊਗਾ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਸੋ ਇਸ ਕਰਕੇ ਹਰੇਕ ਬੱਚਾ ਨਹੀਂ ਇਸ ਸੋ ਉਹੀ ਆ ਸਕਦਾ ਜਿਹਦੇ ਪੁਆਇੰਟ ਬਣਦੇ ਨੇਗੇ ਪੁਆਇੰਟ ਜੇਕਰ ਤੁਹਾਡੇ 60 61 ਪੁਆਇੰਟ ਬਣ ਰਹੇ ਨੇ ਫਿਰ ਤੁਸੀਂ ਇਸ ਪ੍ਰੋਗਰਾਮ ਦੇ ਬਾਰੇ ਸੋਚ ਸਕਦੇ ਹੋ ਬਾਕੀ ਮੇਨ ਇਹਦੇ ਵਿੱਚ ਇਹ ਆ ਵੀ EMPLOYER ਲੱਭਣਾ ਹੈ ਨਾ ਸਭ ਤੋਂ ਵੱਡੀ ਚੀਜ਼ ਉਹ ਹੈ ਜੇਕਰ ਤੁਹਾਨੂੰ EMPLOYER ਲੱਭਦਾ ਫਿਰ ਤੁਸੀਂ ਅੱਗੇ ਦੀਆਂ ਰਿਕੁਆਇਰਮੈਂਟਸ ਜਿਹੜੀਆਂ ਦੇਖ ਸਕਦੇ ਹੋਗੇ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਪ੍ਰੋਪਰ ਡਿਟੇਲ ਸਮਝ ਆ ਗਈ ਹੋਊਗੀ ਫਿਰ ਵੀ ਕੁਝ ਰਹਿ ਗਿਆ ਇੰਸਟਾਗ੍ਰਾਮ ਪੇਜ ਹੈਗਾ ਆਪਣਾ ਸਿੱਧੂ ਕਪੜ ਪੇਜ ਉੱਥੇ ਜਾ ਕੇ ਸਾਨੂੰ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਬਾਕੀ ਦੀ ਇਨਫੋਰਮੇਸ਼ਨ ਉੱਥੇ ਦੇ ਦਾਂਗੇ ਸੋ ਜਲਦੀ ਮਿਲਦੇ